ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਮਾਇਆ ਨਾਲ ਹਸਤੀ ਬਣ ਕੇ ਉੱਭਰ ਰਹੇ ਨੇ। ਪੰਥ ਲੋਕੀ ਤਾਕਤਾਂ ਵੱਲੋਂ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਨੂੰ ਦਾਗਦਾਰ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਨੇ। ਉੱਥੇ ਜਥੇਦਾਰ ਸਾਹਿਬ ਆਪਣੀ ਉੱਚ ਵਿੱਦਿਆ ਲਿਆਕਤ ਸਦਕਾ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਨੇ। ਇਸੇ ਲੜੀ ਤਹਿਤ ਬੀਤੇ ਦਿਨ ਜਥੇਦਾਰ ਸਿੰਘ ਸਾਹਿਬ ਮੁੱਖ ਮੰਤਰੀ ਹੱਤਿਆਕਾਂਡ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦੇ ਘਰ ਪਹੁੰਚੇ, ਜੋ ਕਿ ਪੈਰੋਲ 'ਤੇ ਆਪਣੇ ਘਰ ਆਏ ਨੇ। ਉਸ ਤੋਂ ਬਾਅਦ ਭਾਈ ਹਰਨੇਕ ਸਿੰਘ ਭੱਪ, ਭਾਈ ਬਲਵੰਤ ਸਿੰਘ ਰਾਜੋਣਾ ਜੀ ਦੀ ਭੈਣ ਕਮਲਜੀਤ ਕੌਰ ਆਦਿ ਦੇ ਘਰ ਗਏ। ਇਸ ਦੀ ਖੁਸ਼ੀ ਨੂੰ ਸੰਬੰਧਿਤ ਸਿਆਸੀ ਕੈਦੀਆਂ ਦੇ ਪਰਿਵਾਰਾਂ ਵੱਲੋਂ ਸੋਸ਼ਲ ਸਾਈਟਾਂ 'ਤੇ ਸਾਂਝਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਲਖਵਿੰਦਰ ਸਿੰਘ ਜੀ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਵਜੋਂ ਪੰਜਾਬ ਸੈਕਟਰੀਏਟ ਵਿਖੇ ਤਾਇਨਾਤ ਸਨ। ਆਪਣੀ ਸਰਕਾਰੀ ਨੌਕਰੀਆਂ 'ਤੇ ਉਮਰਾ ਪੰਥ ਲੇਖੇ ਲਾਉਣ ਵਾਲੇ ਇਹ ਕੌਮੀ ਯੋਧੇ ਸਾਡੀ ਹੋਮਾਗ੍ਰਸਤ ਕਾਵਾਂ ਰੌਲੀ ਦੇ ਚੱਲਦਿਆਂ ਅੱਜ ਗੁੰਮਨਾਮ ਜ਼ਿੰਦਗੀ ਬਤੀਤ ਕਰ ਰਹੇ ਨੇ, ਜਿਨ੍ਹਾਂ ਦੇ ਘਰਾਂ ਵਿੱਚ ਜਾ ਕੇ ਜਥੇਦਾਰ ਸਾਹਿਬ ਨੇ ਪੰਥ ਦਾ ਮਾਣ ਵਧਾਇਆ। ਸੰਘਰਸ਼ਸ਼ੀਲ ਸਿੱਖ ਆਗੂ ਸਰਦਾਰ ਜੰਗ ਸਿੰਘ ਭੰਗੂ ਅਤੇ ਭਾਈ ਭਾਵਨਦੀਪ ਸਿੰਘ ਵੱਲੋਂ ਜਥੇਦਾਰ ਸਾਹਿਬ ਦਾ ਧੰਨਵਾਦ ਕੀਤਾ ਗਿਆ।